ਸਸਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਸਲਾਰ, ਜ਼ਿਲ੍ਹਾ ਮਲੇਰਕੋਟਲਾ ਪੈਂਦਾ ਜੀ, ਤਹਿਸੀਲ ਅਮਰਗੜ੍ਹ। ਕਹਿੰਦੇ ਵੀ ਪਹਿਲੇ ਵੀਡੀਓ ਬਣਾਉਣ ਲੱਗੇ ਹਾਂ ਆਪਾਂ, ਕੋਈ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਹੈ ਜੀ। ਠੀਕ ਹੈ, ਸ਼ੋਗਣਾ ਬਾਈ ਨੇ ਪਸ਼ੂ ਰੱਖੇ ਆ, ਫਿਰ ਮੱਝਾਂ ਨਾਲ ਨਾਲ ਬਾਈ ਨੇ ਘੋੜੀਆਂ ਵੀ ਬਹੁਤ ਸੋਹਣੇ ਸੋਹਣੇ ਰੱਖੀਆਂ, ਚੰਗੀਆਂ ਨਾਮੀ ਘੋੜੀਆਂ। ਠੀਕ ਹੈ ਜੀ, ਅਤੇ ਬਾਈਆਂ ਰੂਟ ਹੁਣ ਹੈਗਾ ਬਾਹਰਲਾ, ਅਤੇ ਬਾਹਰ ਜਾ ਰਹੇ ਆ, ਅਤੇ ਕੁਛ ਪਸ਼ੂ ਸੇਲ ਹਨ ਇਸ 'ਚੋਂ, ਘੋੜੀ ਤੋਂ ਇਲਾਵਾ, ਘੋੜੀ ਤੋਂ ਇਲਾਵਾ ਮਤਲਬ ਕਿ ਮੱਝਾਂ ਦੋ ਤਿੰਨ ਦੇ ਲਗਭਗ ਸੇਲ ਨਾਲ ਮਾਲੀ ਸੇਲ ਆ। ਅਤੇ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਬਾਈ ਜੀ ਰਿਕੁਐਸਟ ਕਰਾਂ, ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰ ਤਸੱਲੀ ਖਰੀਦੋ। ਵਾਹ ਜੀ, ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ। ਚਲੋ ਗਾਹਾਂ ਕੋਈ ਵੀ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡੇ ਲਾ ਕੇ ਆਏ। ਚਲੋ ਵੀਡੀਓ ਦੇ ਬਲੇ ਬਹੁਤ ਬਣਾਈਆਂ ਸੀ ਇੱਧਰ, ਸਾਡੇ ਕੋਲ ਬਹੁਤ ਬਹੁਤ ਦੂਰੋਂ ਪਹੁੰਚੇ, ਵੀ ਤੁਹਾਡਾ ਸਵਾਗਤ ਹੈ ਜੀ। ਚਲੋ ਚਲੋ, ਧੰਨਵਾਦ ਬਾਈ ਜੀ। ਵਪਾਰ ਦਾ ਆਪਾਂ ਕਰਦੇ ਨਹੀਂ, ਬਾਕੀ ਕੱਟੇ ਕੁੱਟੇ ਦੇ ਲੈਂਦੇ ਹਾਂ ਜੀ। ਅੱਛਾ, ਦੇ ਲੈਂਦੇ ਮਤਲਬ ਕਰ ਲੈਂਦੇ ਮਾੜਾ ਮੋਟਾ? ਹਾਂਜੀ ਹਾਂਜੀ, ਕੱਟਿਆ ਤਾਂ ਵਾਵਾ ਕੀਤਾ। ਅੱਛਾ, ਕੱਟ ਮੱਝਾਂ ਮੁਝੇ ਘੱਟ ਕਰ ਦਿਓ, ਮੱਝਾਂ ਦਾ ਘੱਟ ਜਿਹਾ ਚੋਣ ਵਾਸਤੇ ਰੱਖਿਆ ਵੀ ਆ। ਅਤੇ ਮੈਂ ਫਿਰ ਘੋੜੀਆਂ ਬਹੁਤ ਕਰਦੇ ਨੇ ਜੀ। ਘੋੜੀਆਂ ਦਾ ਵੀ ਸ਼ੌਕ ਹੈ, 70 ਸਾਲ ਪੁਰਾਣਾ ਹੀ ਹੈ। ਅੱਛਾ ਠੀਕ ਹੈ, ਤੇ ਵਾਵਾ ਰੱਖੀ ਘੋੜੀਆਂ ਭਾਜੀ? ਹਾਂਜੀ ਹਾਂਜੀ, ਚਾਲ ਵਾਲੇ ਮੇਰੀ ਦੇ ਵੀ ਚਾਲ ਵਾਲੇ। ਠੀਕ ਆ, ਹਾਂਜੀ। ਹੁਣ ਇਸ ਟਾਈਮ ਘਰੇ ਕਿੰਨੇ ਆ? ਇੱਥੇ ਇੱਕ ਹੀ ਆ? ਨਾ ਨਾ, ਹੁਣ ਤਿੰਨ ਨੇ ਜੀ, ਦੋ ਉੱਧਰ ਨੇ। ਅੱਛਾ, ਦੋ ਉੱਧਰ, ਠੀਕ ਹੈ, ਚੰਗੀ ਨਾਮੀ ਘੋੜੀਆਂ ਨੇ। ਹਾਂਜੀ ਹਾਂਜੀ, ਠੀਕ ਹੈ। ਤੇ ਹੁਣ ਆਪਣੇ ਕਿਹੜੇ ਪਸ਼ੂ ਸੇਲ ਆ, ਉਹ ਕਿਹੜੇ ਕਿਹੜੇ ਆ ਜੀ? ਉਹ ਵੈਸੇ ਤਿੰਨ ਦੇ ਦਿੰਦੇ, ਇੱਕ ਤਾਂ ਚਲੋ ਦੁੱਧ ਪੀ ਲਿਆ ਕਰਨਗੇ ਜਿਹੜੇ ਰੱਖਾਂਗੇ। ਅੱਛਾ ਠੀਕ ਆ, ਮਤਲਬ ਤਿੰਨ ਸੇਲ ਆ, ਇੱਕ ਮਾਲੀ ਤੇ ਦੋ ਤਿੰਨ ਝੋਟੀਆਂ, ਤਿੰਨ ਝੋਟੀਆਂ ਦੇ ਇੱਕ ਮਾਲੀ ਸੇਲ ਆ। ਚਲੋ ਦੱਸੋ ਇਹਦੇ ਬਾਰੇ ਫਿਰ, ਇਹ ਕਿੰਨੇ ਟਾਈਮ ਦਾ ਹੋ ਗਿਆ ਜੀ? ਇਹ 4.5 ਸਾਲ ਦਾ ਝੋਟਾ ਹੋਊਗਾ। 4.5 ਸਾਲ ਦਾ, ਠੀਕ ਹੈ ਠੀਕ ਆ। ਕਿੰਨਾ ਸੀ ਜੀ? 22 ਕਿਲੋ 300 ਗ੍ਰਾਮ, ਠੀਕ ਆ। ਖੋਲੀ ਬਾਜੀ ਫਿਰ ਇਹਨੂੰ, ਨੱਤ ਸੁੱਤ ਪਾ ਦੀ ਜੀ? ਫਿਰ ਨੱਤ ਪਾ ਦੀ ਜੀ, 25-26 ਝੋਟੀਆਂ ਵੀ ਲਵਾ ਦਿੱਤੀਆਂ ਜੀ। ਅੱਛਾ, 25-26 ਝੋਟੀਆਂ ਲਵਾ ਦੀਆਂ ਬਾਈ ਨੇ। ਵੇਖੋ ਜੀ ਮਾਲੀ, ਦੇਖੋ ਕਿੱਡਾ ਕੈਮ ਮਾਲੀ ਆ, ਦੇਖੋ। ਤੇ ਬਾਜੀ ਫਿਰ ਹੁਣ ਇਹ ਪਸ਼ੂ ਫਿਰ ਵੇਚ ਕਰ ਰਹੇ ਆ ਜੀ? ਫਿਰ ਹਾਂਜੀ ਹਾਂਜੀ ਹਾਂ, ਬਿਲਕੁਲ, ਤੁਸੀਂ ਜਾ ਰਹੇ ਕਿਤੇ, ਠੀਕ ਆ, ਆ ਜਾਓ। ਮਾਰਦਾ ਮੁਰਦਾ ਬਿਲਕੁਲ ਨਹੀਂ ਹੋਣਾ ਜੀ? ਅੱਛਾ ਠੀਕ ਹੈ ਠੀਕ ਹੈ, ਬਾਹਰ ਕੱਢ ਲਈ ਮਾੜਾ ਜੀ ਇਹਨੂੰ, ਆ ਜਾਓ ਆ ਜਾਓ, ਲਿਆਓ ਮਾੜਾ ਜੀ, ਲੰਮਾ ਹੀ ਤੋਰ ਲਈ, ਫਿਰ ਇੱਧਰੋਂ ਕੱਢ ਲਓ। 10 ਦਿਨ ਹੋਏ ਜੀ ਪਾਏ ਨੂੰ। ਆ ਠੀਕ ਆ, ਤਾਂ ਵੀ ਅਲ ਕਤਲ ਜੀ ਮੰਨਦਾ ਹਨਾ। ਲਓ ਜੀ ਚੈੱਕ ਕਰੋ, ਕਿੰਨੀ ਹਾਈਟ ਹੋਊਗੀ ਬਾਈ ਜੀ ਦੀ? ਬੱਚੇ ਬੁੱਚੇ ਆਏ ਜੀ? ਨਹੀਂ ਅਜੇ। ਅੱਛਾ, ਦੋ ਕੱਟੀਆਂ ਤੇ ਇੱਕ ਕੱਟਾ ਆਇਆ, ਠੀਕ ਹੈ, ਲੈ ਲੈ ਚਲੋ। ਠੀਕ ਹੈ ਜੀ ਠੀਕ ਹੈ, ਬੰਦ। ਤੇ ਬਾਈ ਜੀ ਫਿਰ ਇਹਦਾ ਮੁੱਲ ਜਿਹੜਾ ਬਿਲਕੁਲ ਜਾਇਜ਼ ਜੀ? ਮੁੱਲ ਤਾਂ ਜੀ ਇਹਦਾ ਅਸਲ ਵਿੱਚ ਤਾਂ ਇਹ ਵੇਚਣੀ ਮੰਨ ਲਓ 2 ਲੱਖ ਦਾ ਸੀਗਾ। ਅੱਛਾ, DNA ਹੋ ਜਾਂਦਾ ਆਪਾਂ ਨੂੰ ਡਾਕਟਰ ਦੱਸ ਦਿੰਦਾ, ਠੀਕ ਆ। ਡਾਕਟਰ ਨੂੰ ਮੈਂ ਪੁੱਛਿਆ, ਨੇ ਦੱਸਿਆ ਨਹੀਂ ਹੈਗਾ, ਲੁਕੋ ਕਰ ਜਾਂਦੇ ਕਈ ਵਾਰੀ। ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਦਾ ਆਪਾਂ ਰੇਟ ਹੁਣ ਕਰਦੇ ਜੀ 1,05,000 ਰੁਪਏ। 1,05,000 ਦਾ, ਕਿੰਨੇ ਦੇ ਦੋਗੇ? ਸਹੀ ਜਾਇਜ਼ ਜੀ? ਆਏਗਾ ਤਾਂ ਮਾਨ ਤਾਨ ਕਰਦਾ ਜੀ, ਬਸ ਮੁੱਕਰੇ ਕਰ ਦੋਗੇ। ਹਾਂਜੀ ਚਲੋ ਆ ਜਾਓ ਫਿਰ ਇੱਧਰ। ਇਹ ਝੋਟੀ ਜੀ ਸੂਆ ਜੀ? ਇਹ ਸੂਆ ਪਹਿਲਾ ਜੀ, ਪਹਿਲਾ ਸੂਆ। ਹਾਂਜੀ, ਦੁੱਧ ਕਿੰਨਾ ਹੀ ਸਹੀ ਹੈ ਇਸ ਟਾਈਮ? ਦੁੱਧ ਹੈਗਾ ਜੀ 8 ਕਿਲੋ। ਅੱਛਾ ਹਾਂਜੀ, 8 ਕਿਲੋ ਦੁੱਧ ਆ। ਅਸੀਂ ਵੈਸੇ ਕਿ ਜ਼ਿਆਦਾ ਕੱਟੇ ਹੀ ਚਗਾਉਣੇ ਆ, ਕਿਉਂਕਿ ਪਹਿਲਾਂ ਜੋ ਉਹਦਾ ਕਮਜ਼ੋਰ ਰਹਿੰਦਾ। ਹਾਂਜੀ ਹਾਂਜੀ, ਤੇ ਕਿੰਨੇ ਟਾਈਮ ਹੋ ਗਏ ਸੂਏ ਇਹਨੂੰ? ਇਹਨੂੰ 20-22 ਦਿਨ ਹੋ ਗਏ ਜੀ। ਖੋਲੋ ਫਿਰ ਇਹ ਵੀ। ਲਓ ਜੀ, ਪਹਿਲਾ ਸੂਆ ਝੋਟੀ ਹੈ, 8 ਕਿਲੋ ਦੁੱਧ ਆ, ਬੱਚਾ ਮਗਰ ਕੱਟਾ ਆ ਗਿਆ। ਤੇ ਆ ਚੈੱਕ ਕਰੋ, ਵੇਖੋ ਸੋਹਣੀ ਝੋਟੀ ਆ, ਲਿਆਓ ਇਹਨੂੰ ਅਸੀਂ ਘੁਮਾ ਲਓ। ਲਓ ਚੈੱਕ ਕਰੋ, ਐਂ ਘੁਮਾ ਲਓ, ਆਹ ਦੇਖੋ ਜੀ, ਚਵਾਪ ਸਮਾਂ ਵਧੀਆ ਭਾਅ ਜੀ, ਬਿਲਕੁਲ। ਹਾਂ ਨਹੀਂ ਨਹੀਂ, ਸੋਹਣਾ ਸੋਹਣਾ ਥਾਣਾ, ਠੀਕ ਹੈ, ਲੈ ਲੈ ਚਲੋ, ਲੈ ਲੈ ਚਲੋ।
ठीक है ठीक है, बस ठीक है जी। हाँ जी बोलो भाजी, फिर इनकी कीमत 72,000 की, इंद्र जो हो जाएगा मानदर कर दोगे मौके से। चलो ठीक है, आ तीन नंबर वाला, तीन नंबर वाली कट्टी है जी। अच्छा ठीक है, मान लो डेढ़ महीने की लावे, चलो कोई नहीं, पांच चार दिन बाद फट। अच्छा डेढ़ कट्टी आ गया ना। हाँ जी, आ बच्चा आंदा आ गया, आ पहली दा आ गया। हां पहली दा आ गया, एक कट्टा आ गया, कट्टे। चलो ठीक है, तो दूध कितना सही जी? दूध दे दे रहा है जी 10 लीटर 11 लीटर तकरीबन। हां जी, ये तो सेवा दा जेड़ा ले आऊं, जे तो चौड़ा होगा चाहे 12 कर ले जी। ठीक है, मतलब 10 किलो पक्का हैगा दूध? अपने किले चोके ले जी। लो जी 10 किलो दूध पक्का, ते टाइम भी अरे 2:30 बजे सिर्फ इथे। ठीक है, हजे कोई टाइम वाला नहीं भाई जी। फिर चवाई किने कर दे सुबह? बिलकुल 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 सही सही गल भाई, सही गल सही गल। हाँ जी, फिर इंदी किमें भाजी? फिर ये देवांगे जी आपां 62,000 दी नेट। 62,000 दी नेट, चलो ठीक है। इंदे विच कर दोगे मान तन? हाँ जी हाँ जी, हो जाऊगा, माड़ा मोटा हो जाऊगा जी, बाकी पकाई ना ज्यादा, कोई करे भी फोन करे। ठीक है, कोई गल नहीं, वीडियो चंगी तरह देखे। नहीं बिल्कुल जी, फिर फोन लावे। बिल्कुल जी, ते आहा भाई जी, फिर ये मज तो फिर इथे बाहर च तारा तू लाई जी लग गया पता है। अच्छा ਆਪਾਂ ਰੇਟ ਵੀ ਫੰਡਰ ਦੀ ਕਰਦੇ ਆ ਮਾਂ ਬਾ ਠੀਕ, ਕੱਟੀ ਨਾਲ ਦੋਗੇ ਫਿਰ? ਕੱਟੀ ਤਾਂ ਨਾਲ ਦੇਣੀ ਹੈ ਬੋਈ। ਆ ਜਾ ਫਿਰ ਕੱਢ ਲਓ ਬਾਹਰ ਇਹਨੂੰ। ਲਓ ਜੀ ਇਹ ਵੀ ਚੈੱਕ ਕਰੋ, ਆ ਦੇਖੋ ਦੁੱਧ ਕਿੰਨੇ ਇੱਥੇ ਲਈ ਜਾਂਦੇ? ਇਹ ਦੁੱਧ ਇੱਕ ਟਾਈਮ ਇਹ ਚੋਣੇ ਜੀ। ਹਾਂਜੀ, ਇੱਕ ਵਾਰੀ ਠੀਕ ਹੈ ਨਾ ਚੋਣੇ ਤੇ ਤਿੰਨ ਤਿੰਨ ਕਦੇ ਦੀ ਸਾਢੇ ਤਿੰਨ ਦੇ ਦੀ ਕਿੰਨਾ ਦਾ 6 ਆ। ਅਜੇ ਇੱਕ ਟਾਈਮ ਚੋਣਾ ਜੀ, ਕੱਟੀ ਨਾਲ ਇੱਕੋ ਟਾਈਮ ਚੋਣਾ। ਹਾਂਜੀ ਬਾ ਠੀਕ, ਆ ਜਾ ਨਾਲੇ ਮੱਝ ਦੇਖੋ ਜੀ ਜਹਾਜ਼ ਦੀ। ਹਾਂ ਨਹੀਂ ਚੰਗੀ ਹੈ ਜੀ, ਚੰਗੀ ਹੈ। ਇਹ ਆਪਣੇ ਕੋਲ ਸੂਈ ਨਹੀਂ ਆ ਕੇ? थोड़ा टाइम बस ठीक है जी, आन दो आन दो जी। चंगे रिकॉर्ड वाली मज है ना जी, ले चलो। बस ठीक है जी। हाँ जी, दो कट 70 68,000 दी ठीक है। गाहा नु चोटी 1.5 लाख दी है। ठीक है, अच्छा लंबाई देखो, चाई देखो, मार कट्टी 10-15,000 दी कट्टी। आ जाओ कट्टी देख ले, मार कट्टी केड़ी है जिंदी? कट्टी का दिखाना ही। अच्छा कट्टियां सारी हैं? नहीं कोई गल नहीं, आओ कट्टी के भर ली। अच्छा आ कट्टी है। लंबाई देख लो, नहीं ठीक है। देखो जी आ पशु बाइया को सेल आ। चलो फिर भी मेरा वीर इतने आके चवाई करके चेक करके लेके जाया जी, पूरी तसले है ना जी। आ जाओ आ जाओ भाजी। चलो अपना नंबर ते एड्रेस जी अपना। ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਹਾਂਜੀ, ਤੇ ਪਿੰਡ ਮੇਰਾ ਸਲਾਰ ਹੈ। ਠੀਕ ਹੈ, ਜ਼ਿਲ੍ਹਾ ਮਲੇਰਕੋਟਲਾ ਬਣ ਗਿਆ ਹੁਣ, ਤਹਿਸੀਲ ਅਮਰਗੜ੍ਹ। ਠੀਕ ਹੈ ਜੀ, ਫੋਨ ਨੰਬਰ 98142705708। ਇੱਕ ਵਾਰੀ ਫਿਰ ਬੋਲੋ, 98142705708। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।